एमी विर्क का पहला हिट गाना चंडीगढ़ दिया कुड़िया जो रिलीज़ होने तो बाद सब दे स्पीकर के नाल नाल सब दे जुबान ते भी चढ़ गया सी। तुहानू ये जान के बड़ी हैरानी होगी कि इस गाने ते यूट्यूब उत्ते कॉपीराइट क्लेम नाल स्पीड रैकेट के चैनल तो रिमूव कर दिता गया है। तुहानू दस दिए कि यह कॉपीराइट क्लेम इस गाने के लिरिसिस्ट प्रैटी भुल्लर ने पाया है। गाना रिमूव करन तो बाद प्रैटी भुल्लर ने पोस्ट पाई ते लिखा कॉपीराइट क्लेम बाय प्रैटी भुल्लर। जिन्हें जिन्हें क्रैडिट मारे ने होर भी बहुत सारे ने, सब दी वारी आनी हुण वन बाय वन। बी रेडी, नो वन हैज़ राइट टू कीप योर क्रैडिट हिडन वाइल यू आर डूइंग अ लॉट ऑफ हार्ड वर्क। तो यह सब करन दे पिछे दा कारण दसदे हुए पोस्ट पाई 8 साल एक कैप्शन दे के तड़फाया कि मेरा क्रैडिट मैनू ही नहीं दिता। तो मैनू अज भी याद है जो मेरे अपने रिश्तेदार ਅਤੇ ਕਈ ਦੋਸਤ ਮਿੱਤਰ ਕਹਿੰਦੇ ਸੀ ਕਿ ਤੇਰੇ ਤਾਂ ਨਾਮ ਹੀ ਨਹੀਂ ਪਾਇਆ ਗਾਣੇ ਵਿੱਚ। ਜੇ ਅੱਜ ਆਪਣੇ ਹੱਕ ਲਈ ਕਾਪੀਰਾਈਟ ਮਾਰਤਾ ਤਾਂ ਉਹ ਬੰਦੇ ਹੁਣ ਇਹ ਬੋਲ ਰਹੇ ਹੈ ਕਿ ਤੈਨੂੰ ਇੰਨਾ ਟਾਈਮ ਬਾਅਦ ਹੁਣ ਯਾਦ ਆਇਆ। ਉਹਨਾਂ ਨੂੰ ਦੱਸ ਦੇਵਾਂ ਕਿ ਮੈਂ ਪਹਿਲਾਂ ਵੀ ਬਹੁਤ ਟਰਾਈ ਕੀਤੀ ਸੀ ਬਟ ਧੋਖੇ ਨਾਲ ਕਿਸੇ ਕੰਪਨੀ ਨਾਲ ਐਗਰੀਮੈਂਟ 'ਚ ਫਸਿਆ ਹੋਇਆ ਸੀ। ਫਿਰ 3 ਸਾਲ ਕੰਪਨੀ ਵਿੱਚੋਂ ਨਿਕਲਣ ਲਈ ਕੋਰਟ ਕੇਸ ਚੱਲੇ ਅਤੇ ਹੁਣ ਲੀਗਲ ਤਰੀਕੇ ਨਾਲ ਆਪਣੇ ਹੱਕ ਲੈ ਰਿਹਾ ਹਾਂ ਅਤੇ ਫਿਰ ਵੀ ਕਈਆਂ ਨੂੰ ਪ੍ਰੋਬਲਮ ਹੈ। ਬਾਕੀ ਤੁਸੀਂ ਗਲਤ ਸਮਝੋ ਜਾਂ ਠੀਕ, ਮੈਨੂੰ ਪਤਾ ਹੈ ਕਿ ਮੇਰਾ ਇਹ ਸਟੈਪ ਚੱਕਣ ਨਾਲ ਕਈ ਹੋਰ ਰਾਈਟਰਸ ਦੇ ਹੱਕ ਜ਼ਰੂਰ ਮਿਲਣਗੇ ਕਿਉਂਕਿ ਇਸ ਇੰਡਸਟਰੀ ਵਿੱਚ ਹਮੇਸ਼ਾ ਰਾਈਟਰਸ ਨਾਲ ਧੱਕਾ ਹੋਇਆ। ਪਰ ਕੋਈ ਡਰਦਾ ਵੱਡੀਆਂ ਕੰਪਨੀਆਂ ਨਾਲ ਪੰਗਾ ਨਹੀਂ ਸੀ ਲੈਂਦਾ, ਬਟ ਮੈਨੂੰ ਕਿਸੇ ਦਾ ਡਰ ਨਹੀਂ ਭਾਵੇਂ ਕੋਈ ਗੋਲੀ ਮਾਰ ਦੇਵੇ। ਜ਼ਮੀਰ ਮਾਰ ਕੇ ਨਾ ਤਾਂ ਜਿਉਣਾ ਆਉਂਦਾ ਅਤੇ ਨਾ ਕਦੇ ਸਿੱਖਿਆ। ਬਾਕੀ ਗੱਲ ਜ਼ਰੂਰ ਹੈ, ਮੇਰੇ ਇਹ ਚੱਕੇ ਸਟੈਪ ਰਾਈਟਰ ਦੀ ਵੈਲਿਊ ਜ਼ਰੂਰ ਬਣ ਜਾਵੇਗੀ। ਬਾਕੀ ਰੱਬ ਰਾਖਾ, ਯੋਰਸ ਪ੍ਰੀਤੀ ਭੁੱਲਰ। ਤੇ ਨਾਲ ਹੀ ਪ੍ਰੈਟੀ ਭੁੱਲਰ ਨੇ ਐਮੀ ਵਿਰਕ ਨੂੰ ਇੱਕ ਪੋਸਟ ਪਾਉਂਦੇ ਹੋਏ ਰਿਪਲਾਈ ਦਿੱਤਾ ਤੇ ਕਿਹਾ ਘਟੀਆਂ ਹਰਕਤਾਂ ਕਰਕੇ ਮੈਨੂੰ ਲਾਈਵ ਆਉਣ ਲਈ ਮਜਬੂਰ ਨਾ ਕਰੋ, ਬਾਕੀ ਜਿਵੇਂ ਲਾਈਵ ਆ ਗਿਆ ਤਾਂ ਬਹੁਤ ਕੁਝ ਸਾਹਮਣੇ ਆ ਜਾਣਾ, ਮੈਂ ਲੀਗਲ ਤਰੀਕੇ ਨਾਲ ਚੱਲ ਰਿਹਾ। ਅਤੇ ਜੀ ਹਿੰਮਤ ਰੱਖ ਦਿਓ, ਬੰਦਿਆਂ ਵਾਂਗੂ ਟੇਬਲ 'ਤੇ ਬੈਠ ਕੇ ਗੱਲ ਕਰੋ, ਇੱਧਰੋਂ ਉੱਧਰੋਂ ਫੋਨ ਕਰਾ ਕੇ ਮੇਰਾ ਕੱਖ ਨਹੀਂ ਕਰਾ ਸਕਦੇ ਤੁਸੀਂ। ਅਤੇ ਨਾ ਹੀ ਮੈਂ ਡਰਨ ਵਾਲਿਆਂ 'ਚੋਂ ਹਾਂ, ਮੈਂ ਚੁੱਪ ਹਾਂ ਫਿਲਹਾਲ ਇਸ ਲਈ ਕਿ ਕਿਸੇ ਟਾਈਮ ਇੱਕੋ ਥਾਲੀ 'ਚ ਖਾਧਾ ਸੀ। ਤੂੰ ਭੁੱਲ ਗਿਆ ਵੱਖਰੀ ਗੱਲ ਹੈ, ਬਟ ਮੈਂ 8 ਸਾਲ ਬਾਅਦ ਵੀ ਆਪਣਾ ਹੱਕ ਲੀਗਲ ਤਰੀਕੇ ਨਾਲ ਵਾਪਸ ਲੈ ਲਿਆ। ਫਿਰ ਵੀ ਤੈਨੂੰ ਇੰਨੀ ਤਕਲੀਫ ਕਿਉਂ ਹੋ ਰਹੀ ਹੈ? ਠੀਕ ਆ ਤੂੰ ਸਟਾਰ ਆ, ਬਟ ਮੇਰੇ ਸਾਹਮਣੇ ਅੱਜ ਵੀ ਉਹੀ ਯਾਰ ਆ, ਤੈਨੂੰ ਯਾਰੀ ਦੀ ਕਦਰ ਨਹੀਂ ਰਹੀ। ਕੋਈ ਗੱਲ ਨਹੀਂ ਤੂੰ ਮੈਨੂੰ ਮੇਰਾ ਕ੍ਰੈਡਿਟ ਨਹੀਂ ਦਿੱਤਾ ਕਦੇ, ਕੋਈ ਗੱਲ ਨਹੀਂ ਤੂੰ ਕਦੇ ਮੇਰੀ ਕੋਈ ਚੀਜ਼ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀ। ਚੱਲ ਕੋਈ ਨਹੀਂ ਤੂੰ ਮੇਰਾ ਨਾਮ ਇੰਟਰਵਿਊ 'ਚ ਨਾ ਲਈ, ਕੋਈ ਗੱਲ ਨਹੀਂ ਤੂੰ ਮੇਰੀ ਪਿੱਠ 'ਤੇ ਬਹੁਤ ਕੁਝ ਬੋਲਿਆ, ਕੋਈ ਗੱਲ ਨਹੀਂ ਤੂੰ ਮੇਰੀ ਇੰਡਸਟਰੀ 'ਚ ਇਮੇਜ ਬੈਡ ਬਣਾਈ ਅਤੇ ਆਪ ਸੱਚਾ ਸੁੱਚਾ ਬਣਿਆ, ਕੋਈ ਗੱਲ ਨਹੀਂ, ਬਟ ਕੁਝ ਗੱਲਾਂ ਹੋਰ ਵੀ ਨੇ ਜੋ ਸ਼ਾਇਦ ਸੁਣ ਨਹੀਂ ਪਾਏਗਾ, ਇਸ ਲਈ ਪੰਗੇ ਨਾ ਲੈ ਬਹੁਤ ਪਛਤਾਏਗਾ। ਉਸ ਤੋਂ ਬਾਅਦ ਪ੍ਰੀਤੀ ਭੁੱਲਰ ਨੇ ਲਾਈਵ ਆ ਕੇ ਇਹ ਵੀ ਕਿਹਾ ਸੀ ਕਿ ਉਸਨੂੰ ਐਮੀ ਵਿਰਕ ਅਤੇ ਮਨਕੀਰਤ ਔਲਖ ਦੀ ਕਾਲ ਵੀ ਆਈ ਕਿ ਕਲੇਮ ਵਾਪਸ ਲੈ ਲੈ, ਅਤੇ ਜਦੋਂ ਇੱਕ ਜਗ੍ਹਾ ਬੈਠ ਕੇ ਇਹ ਸਾਰੀ ਗੱਲ ਨਿਪਟਾਉਣਾ ਫਿਕਸ ਹੋ ਗਿਆ ਤਾਂ ਪ੍ਰੀਤੀ ਭੁੱਲਰ ਨੂੰ ਮਾਨਸਾ ਦੇ SP ਵੱਲੋਂ ਕਾਲ ਆਉਂਦੀ ਹੈ ਕਿ ਉਸਦੇ ਖਿਲਾਫ਼ ਫਰੌਡ ਕਰਨ ਦੀ ਸ਼ਿਕਾਇਤ ਆਈ ਹੈ। ਤਾਂ ਪ੍ਰੀਤੀ ਭੁੱਲਰ ਨੇ ਗਾਣੇ ਨਾਲ ਜੁੜਿਆ ਆਪਣਾ ਸਾਰਾ ਰੈਕਰਡ SP ਨੂੰ ਦਿਖਾ ਕੇ ਮਾਮਲਾ ਠੰਡਾ ਕਰ ਲਿਆ। ਅਤੇ ਉੱਥੇ ਤੁਹਾਨੂੰ ਦੱਸ ਦਈਏ, ਜਿਸ ਐਲਬਮ ਦੇ ਵਿੱਚ ਚੰਡੀਗੜ੍ਹ ਦੀਆਂ ਕੁੜੀਆਂ ਗਾਣਾ ਸੀ, ਉਸ ਐਲਬਮ ਦੇ ਸਾਰੇ ਗਾਣੇ ਹੀ ਇਸਦੀ ਰਿਲੀਜ਼ਿੰਗ ਕੰਪਨੀ ਵੱਲੋਂ ਪ੍ਰਾਈਵੇਟ ਯਾਨੀ ਹਟਾ ਲਿੱਤੇ ਗਏ। ਅਤੇ ਪ੍ਰੀਤੀ ਭੁੱਲਰ ਦਾ ਕਹਿਣਾ ਹੈ ਇਹ ਗਾਣਾ ਤਾਂ ਪ੍ਰਾਈਵੇਟ ਕੀਤੇ ਨੇ ਕਿਉਂਕਿ ਉਹਨਾਂ ਨੂੰ ਵੀ ਮੇਰੇ ਵਾਂਗ ਕ੍ਰੈਡਿਟ ਨਹੀਂ ਦਿੱਤਾ ਗਿਆ। ਤੁਸੀਂ ਸਭ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਹੋਰ ਵੀ ਲੇਟੈਸਟ ਬਾਲੀਵੁੱਡ ਅਤੇ ਇੰਟਰਟੇਨਮੈਂਟ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ। ਹੋਰ ਵੀ ਲੇਟੈਸਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।